ਦੋ ਗੱਡੀਆਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਕਾਰਨ ਦੋਵੇਂ ਗੱਡੀਆਂ 'ਚ ਸਵਾਰ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਤੁਰੰਤ ਲੋਕਾਂ ਦੀ ਸਹਾਇਤਾ ਦੇ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਹਾਦਸੇ ਦੇ ਦੌਰਾਨ ਦੋ ਬੱਚਿਆਂ ਸਹਿਤ 6 ਲੋਕ ਜ਼ਖਮੀ ਹੋਏ ਨੇ। ਜਾਣਕਾਰੀ ਮੁਤਾਬਿਕ 4 ਜਣਿਆਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ 1.5 ਸਾਲ ਦਾ ਬੱਚਾ ਵੀ ਹੈ, ਜਿਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੋੜੋ ਦੇ ਹਾਈਵੇ ਤੇ ਵਾਪਰਿਆ, ਜਦੋਂ ਦੋ ਗੱਡੀਆਂ ਦੇ ਵਿਚਕਾਰ ਭਿਆਨਕ ਟੱਕਰ ਹੋ ਜਾਂਦੀ ਹੈ। ਦੋ ਬੱਚਿਆਂ ਸਹਿਤ 6 ਲੋਕ ਜ਼ਖਮੀ ਹੋਏ ਨੇ ਅਤੇ 4 ਲੋਕ ਜੋ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਤੱਖ ਦਰਸ਼ੀਆਂ ਦੇ ਮੁਤਾਬਿਕ ਇਹ ਗੱਡੀ ਚੱਲਦੇ ਚੱਲਦੇ ਅਚਾਨਕ ਦੂਜੇ ਰੋਡ ਤੇ ਚਲੀ ਜਾਂਦੀ ਹੈ ਤੇ ਜਾ ਕੇ ਸਾਹਮਣੇ ਤੋਂ ਆ ਰਹੀ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਗੱਡੀ ਦਾ ਟਾਇਰ ਫਟਿਆ, ਜਿਸ ਕਾਰਨ ਗੱਡੀ ਅਸੰਤੁਲਿਤ ਹੋ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਂ ਵੀਰੇ, ਤੁਸੀਂ ਮੌਕੇ ਤੇ ਜਦੋਂ ਹਾਦਸਾ ਹੋਇਆ ਕੀ ਕਾਰਨ ਬਣਿਆ ਹਾਦਸੇ ਦਾ? ਗੱਲ ਵੀਰੇ, ਅਸੀਂ ਵੀ ਪਿੱਛੋਂ ਆ ਰਹੇ ਹਾਂ ਮੌਕੇ ਸਾਈਡ ਤੋਂ ਤੇ ਆਹ ਗੱਡੀ ਵੀ ਮੇਰੇ ਮੂਹਰੇ ਆ ਰਹੀ ਆ। ਇਹ ਇੱਥੇ ਮੌਕੇ ਤੋਂ ਆ ਰਹੀ ਸੀਗੀ? ਮੌਕੇ ਤੋਂ ਆ ਰਹੀ ਆ, ਇੱਕਦਮ ਇੱਥੋਂ ਕੱਟ ਤੋਂ ਇਹ ਆਊਟ ਆਫ ਕੰਟਰੋਲ ਹੋ ਗਈ ਗੱਡੀ, ਸਿੱਧੀ ਜਾ ਕੇ ਜਿੱਡੀ ਗੱਡੀ 'ਚ ਟਰਕਾ ਹੋ ਗਿਆ ਇਹਨਾਂ ਦਾ। ਤੇ ਕਿੰਨੇ ਕੁ ਜਣੇ ਵਿੱਚ ਸੀਗੇ ਇਹਦੇ? ਇਹਦੇ ਵਿੱਚ 6 ਜਣੇ ਸੀਗੇ। ਉਹਦੇ ਵਿੱਚ ਪਤਾ ਨਹੀਂ ਲੱਗਿਆ, ਬੱਚਾ ਸੀਗਾ 1.5 ਸਾਲ ਦਾ, ਜਿਹੜੇ ਉਹ ਪਹਿਲਾਂ ਲੈ ਗਏ, ਉਹਨੂੰ ਪਹਿਲਾਂ ਭੇਜਤਾ ਸੀ ਪ੍ਰਾਈਵੇਟ ਗੱਡੀ ਦੇ ਵਿੱਚ। ਕੀ ਹਾਲਾਤ ਸੀਗੇ ਜਿਹੜੇ ਵਿੱਚ ਇਹਨਾਂ ਦੇ? ਇਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਸੀਗੇ ਤੇ ਉਹ ਜਿਹੜਾ 1.5 ਸਾਲ ਦਾ ਬੱਚਾ ਉਹ ਵੀ ਸੀਰੀਅਸ ਸੀਗਾ। ਕਿੱਥੇ ਲੈ ਕੇ ਕਿੱਥੇ ਗਏ ਇਹਨਾਂ ਨੂੰ? ਇਹਨਾਂ ਨੂੰ ਪ੍ਰਾਈਵੇਟ ਹਸਪੀਟਲ ਵਾਲਿਆਂ, ਸੋਰੀ ਪ੍ਰਾਈਵੇਟ ਐਂਬੂਲੈਂਸ ਵਾਲੇ ਲੈ ਕੇ ਗਏ ਆ, ਸਰਕਾਰੀ ਵਾਲੀ ਮਗਰੋਂ ਗਈ ਆ, ਮੋਗੇ ਨੂੰ ਗਏ ਆ ਰੈਫਰ ਕਰੇ। ਦੋ ਗੱਡੀਆਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਕਾਰਨ ਦੋਵੇਂ ਗੱਡੀਆਂ 'ਚ ਸਵਾਰ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਤੁਰੰਤ ਲੋਕਾਂ ਦੀ ਸਹਾਇਤਾ ਦੇ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਹਾਦਸੇ ਦੇ ਦੌਰਾਨ ਦੋ ਬੱਚਿਆਂ ਸਹਿਤ 6 ਲੋਕ ਜ਼ਖਮੀ ਹੋਏ ਨੇ। ਜਾਣਕਾਰੀ ਮੁਤਾਬਿਕ 4 ਜਣਿਆਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ 1.5 ਸਾਲ ਦਾ ਬੱਚਾ ਵੀ ਹੈ, ਜਿਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੋੜੋ ਦੇ ਹਾਈਵੇ ਤੇ ਵਾਪਰਿਆ, ਜਦੋਂ ਦੋ ਗੱਡੀਆਂ ਦੇ ਵਿਚਕਾਰ ਭਿਆਨਕ ਟੱਕਰ ਹੋ ਜਾਂਦੀ ਹੈ। ਦੋ ਬੱਚਿਆਂ ਸਹਿਤ 6 ਲੋਕ ਜ਼ਖਮੀ ਹੋਏ ਨੇ ਅਤੇ 4 ਲੋਕ ਜੋ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਤੱਖ ਦਰਸ਼ੀਆਂ ਦੇ ਮੁਤਾਬਿਕ ਇਹ ਗੱਡੀ ਚੱਲਦੇ ਚੱਲਦੇ ਅਚਾਨਕ ਦੂਜੇ ਰੋਡ ਤੇ ਚਲੀ ਜਾਂਦੀ ਹੈ ਤੇ ਜਾ ਕੇ ਸਾਹਮਣੇ ਤੋਂ ਆ ਰਹੀ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਗੱਡੀ ਦਾ ਟਾਇਰ ਫਟਿਆ, ਜਿਸ ਕਾਰਨ ਗੱਡੀ ਅਸੰਤੁਲਿਤ ਹੋ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਂ ਵੀਰੇ, ਤੁਸੀਂ ਮੌਕੇ ਤੇ ਜਦੋਂ ਹਾਦਸਾ ਹੋਇਆ ਕੀ ਕਾਰਨ ਬਣਿਆ ਹਾਦਸੇ ਦਾ? ਗੱਲ ਵੀਰੇ, ਅਸੀਂ ਵੀ ਪਿੱਛੋਂ ਆ ਰਹੇ ਹਾਂ ਮੌਕੇ ਸਾਈਡ ਤੋਂ ਤੇ ਆਹ ਗੱਡੀ ਵੀ ਮੇਰੇ ਮੂਹਰੇ ਆ ਰਹੀ ਆ। ਇਹ ਇੱਥੇ ਮੋਗੇ ਤੋਂ ਆ ਰਹੀ ਸੀਗੀ? ਮੋਗੇ ਤੋਂ ਆ ਰਹੀ ਆ, ਇੱਕਦਮ ਇੱਥੋਂ ਕੱਟ ਤੋਂ ਇਹ ਆਊਟ ਆਫ ਕੰਟਰੋਲ ਹੋ ਗਈ ਗੱਡੀ, ਸਿੱਧੀ ਜਾ ਕੇ ਜਿੱਡੀ ਗੱਡੀ 'ਚ ਟਰਕਾ ਹੋ ਗਿਆ ਇਹਨਾਂ ਦਾ। ਤੇ ਕਿੰਨੇ ਕੁ ਜਣੇ ਵਿੱਚ ਸੀਗੇ ਇਹਦੇ? ਇਹਦੇ ਵਿੱਚ 6 ਜਣੇ ਸੀਗੇ। ਉਹਦੇ ਵਿੱਚ ਪਤਾ ਨਹੀਂ ਲੱਗਿਆ, ਬੱਚਾ ਸੀਗਾ 1.5 ਸਾਲ ਦਾ, ਜਿਹੜੇ ਉਹ ਪਹਿਲਾਂ ਲੈ ਗਏ, ਉਹਨੂੰ ਪਹਿਲਾਂ ਭੇਜਤਾ ਸੀ ਪ੍ਰਾਈਵੇਟ ਗੱਡੀ ਦੇ ਵਿੱਚ। ਕੀ ਹਾਲਾਤ ਸੀਗੇ ਜਿਹੜੇ ਵਿੱਚ ਇਹਨਾਂ ਦੇ? ਇਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਸੀਗੇ ਤੇ ਉਹ ਜਿਹੜਾ 1.5 ਸਾਲ ਦਾ ਬੱਚਾ ਉਹ ਵੀ ਸੀਰੀਅਸ ਸੀਗਾ। ਕਿੱਥੇ ਲੈ ਕੇ ਕਿੱਥੇ ਗਏ ਇਹਨਾਂ ਨੂੰ? ਇਹਨਾਂ ਨੂੰ ਪ੍ਰਾਈਵੇਟ ਹਸਪੀਟਲ ਵਾਲਿਆਂ, ਸੋਰੀ ਪ੍ਰਾਈਵੇਟ ਐਂਬੂਲੈਂਸ ਵਾਲੇ ਲੈ ਕੇ ਗਏ ਆ, ਸਰਕਾਰੀ ਵਾਲੀ ਮਗਰੋਂ ਗਈ ਆ, ਮੋਗੇ ਨੂੰ ਗਏ ਆ ਰੈਫਰ ਕਰੇ।